ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰਾਂ ਦੋਸਤਾਂ ਨੂੰ ਵੀਰੇ ਤੁਹਾਡੇ ਵਾਸਤੇ ਨਵਾਂ ਸ਼ੌਂਕ ਸ਼ਹਿਰ ਸ੍ਰੀ ਗੋਬਿੰਦਪੁਰ ਦਾ ਏਰੀਆ ਅਤੇ ਬਾਈ ਵੀਰ ਦੇ ਕਬੂਤਰ ਇੱਥੇ ਬਹੁਤ ਵਧੀਆ ਰੱਖੇ ਹੋਏ ਨੇ ਨਿੱਤ ਵੀਰ ਦੇ ਜਿਹੜੇ ਹੈਗੇ ਨੇ ਕਬੂਤਰ ਹੈਗੇ ਨੇ ਜੀ ਬਾਜ਼ੀਆਂ ਤੁਹਾਨੂੰ ਦੱਸਿਆ ਜਿਵੇਂ ਕਿ ਖੇਡਦੇ ਨੇ ਕਬੂਤਰੀਆਂ ਨੇ ਜਿਹੜੀਆਂ ਇਸ ਵਾਰ ਬਾਜ਼ੀ ਦੇ ਵਿੱਚ ਉੱਡਣਗੀਆਂ ਜੀ ਇਹ ਵੀਰ ਨੇ ਇੱਕ ਕਬੂਤਰੀ ਫੜੀ ਆ ਜੀ ਇਹ ਤੁਹਾਨੂੰ ਦਿਖਾਉਂਦੇ ਹਾਂ ਜੀ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਵੀਰੇ ਇੱਕ ਥਾਂ 'ਤੇ ਰੋਕ ਕੇ ਰੱਖੋ ਇਹ ਦੇਖੋ ਜੀ ਰਿੰਗ ਦੇਖੋ ਜੀ ਕਬੂਤਰੀ ਦੀ ਅੱਖ ਦਾ ਨੀਚੇ ਵਾਲੀ ਸਾਈਡ ਬਹੁਤ ਹੀ ਸੋਹਣਾ ਰਿੰਗ ਬਣ ਰਿਹਾ ਜੀ ਇਹਨਾਂ ਦੀ ਉਡਾਰ 'ਤੇ ਡਿਪੈਂਡ ਆ ਉਡਾਰ ਵਧੀਆ ਹੁੰਦੀ ਆ ਜੀ ਇਹਨਾਂ ਦੀ ਕੁਝ ਬੰਦੇ ਕਹਿੰਦੇ ਸੀਗੇ ਰਿੰਗ ਦਾ ਅਤੇ ਪੰਜਿਆਂ ਦਾ ਕੀ ਕੰਸਰਨ ਆ ਬਹੁਤ ਜ਼ਿਆਦਾ ਕੰਸਰਨ ਹੁੰਦਾ ਜੀ ਹਰ ਕਿਸੇ ਦੀ ਬਰੀਡ ਜਿਹੜੀ ਹੁੰਦੀ ਆ ਬਰੀਡ ਉਹਦੇ ਹਿਸਾਬ ਦੇ ਨਾਲ ਉਡਾਰ ਦਿੰਦੀ ਆ ਜੀ ਬਹੁਤ ਵਧੀਆ ਵੀਰ ਜੀ ਇਹ ਪਰ ਕੱਟੇ ਹੋਏ ਨੇ ਜੀ ਇਹਦੇ ਇਹ ਨੇ ਜੀ ਇਸ ਕਬੂਤਰੀ ਦੇ ਪੰਜੇ ਇਹ ਦੇਖੋ ਜੀ ਇੱਕ ਚੀਨੀ ਕਬੂਤਰੀ ਫੜੀ ਆ ਵੀਰ ਨੇ ਵੀਰੇ ਰਿਜ਼ਲਟ ਵੀ ਲਾਉਣ ਨਾਲ ਦੱਸੋ ਜੀ ਇਹਨਾਂ ਦਾ ਕੀ ਹੈ ਜੀ ਆਪਣੇ ਕੋਲ ਪੰਜ ਬਾਜ਼ੀਆਂ ਉੱਡੀ ਹੈ ਇਹ ਕਬੂਤਰੀ ਜੀ ਵੀਰ ਦੇ ਕੋਲ ਪੰਜ ਬਾਜ਼ੀਆਂ ਉੱਡੀ ਆ ਜੀ ਚਿੱਟੀਆਂ ਲਾਲ ਅੱਖਾਂ ਦੇ ਵਿੱਚ ਲਾਲ ਭਾਅ ਮਾਰਦੇ ਆ ਥੋੜ੍ਹੀ ਹਾਂਜੀ ਸਿਰ 'ਤੇ ਛੋਟ ਨੇ ਕਾਲੇ ਜੀ ਵਧੀਆ ਉੱਡਦੀ ਹੈ ਕਬੂਤਰੀ ਵਧੀਆ ਉੱਡਦੀ ਹੈ ਕਿੰਨੀ ਕੁ ਉਡਾਰ ਆਈ ਇਹਦੀ ਇਹ ਆਪਣੇ ਕੋਲ ਇੱਕ ਬਾਜ਼ੀ ਤੇ ਮੌਸਮ ਠੰਡਾ ਹੈ ਹਾਂਜੀ ਉਦੋਂ 6:30 ਬੈਠੀ ਬਾਜ਼ੀ 'ਚ ਮੌਸਮ ਠੰਡਾ ਹੈ ਜੀ 6:30 ਵਜੇ ਤੱਕ ਉਡਾਣ ਆਈ ਹੈ ਜੀ ਇਹਦੀ ਕਬੂਤਰੀ 39 ਟੈਂਪਰੇਚਰ 39 ਟੈਂਪਰੇਚਰ ਤੇ 40-42 ਚ 2:30-3 2:30-3 ਵਜੇ ਤੱਕ ਉਡਾਣ ਵੈਸੇ ਵੀ ਇਹ ਕਰ ਜਾਂਦੀ ਹੈ ਜੀ ਵਧੀਆ ਆ ਵੀਰ ਜੀ ਇਹਦੇ ਵੀ ਪਰ ਕੱਟੇ ਹੋਏ ਨੇ ਜੀ ਵੱਡੀਆਂ 3 ਕਲੀਆਂ ਹੈਗੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਜੀ ਇਹ ਦੇਖੋ ਜੀ ਇਹ ਨੇ ਜੀ ਪੰਜੇ ਕਬੂਤਰੀ ਦੇ ਬਹੁਤ ਵਧੀਆ ਜੀ ਇਹ ਇੱਕ ਹੋਰ ਚੀਨੀ ਕਬੂਤਰੀ ਫੜੀ ਨੇ ਉਹਦੀ ਭੈਣ ਆ ਸਕੀ ਇਹ ਜਿਹੜੀ ਹੁਣ ਕਬੂਤਰੀ ਛੱਡੀ ਆ ਉਹਦੀ ਸਕੀ ਭੈਣ ਆ ਜੀ ਇਹਦੀ ਕੀ ਉਡਾਣ ਆਈ ਆ ਜੀ ਇਹ 2:30 ਵਜੇ ਤੀਕ ਆਪਣੇ ਕੋਲ ਫਿਰੀ ਆ 2:30 ਵਜੇ ਤੱਕ ਇਹ ਵੀ ਫਿਰੀ ਆ ਜੀ ਇਹ ਵੀ ਚੀਨਿਆਂ ਦੇ ਵਿੱਚੋਂ ਆ ਜੀ ਕਾਲੀ ਚੀਨੀ ਕਬੂਤਰੀ ਆ ਜੀ ਹਾਂਜੀ ਇਹ ਬਾਜੀ ਨਹੀਂ ਛੱਡੀ ਇਹਨੇ ਆਂਡੇ ਲਾਤੇ ਆਂਡੇ ਲਾ ਦਿੱਤੇ ਸੀ ਫਿਰ ਬਾਜੀ ਨਹੀਂ ਛੱਡੀ ਹਾਂਜੀ ਫੋਕੇ ਆਂਡੇ ਲਾਤੇ ਠੀਕ ਆ ਜੀ ਪੱਲੇ ਇਹਦੇ ਵੀ ਕੱਟੇ ਹੋਏ ਨੇ ਜੀ ਕਬੂਤਰੀ ਦੇ ਲਗਭਗ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਆ ਵੀਰ ਜੀ ਇਹ ਇਹਦੇ ਪੰਜੇ ਨੇ ਜੀ ਵਧੀਆ ਵੀਰ ਜੀ ਛੱਡ ਦਿਓ ਇਹ ਵੀ ਉਹਨਾਂ ਦੀ ਭੈਣ ਆ ਇਹ ਵੀ ਇਹਨਾਂ ਕਬੂਤਰੀਆਂ ਦੀ ਭੈਣ ਆ ਜੀ ਇਹ ਛੱਡੀ ਬਾਜੀ ਨਹੀਂ ਨਹੀਂ ਇਹ ਪੱਠੀ ਤਿਆਰ ਹੋਈ ਹੈ ਇਹ ਵੀ ਨਵੀਂ ਪੱਠੀ ਤਿਆਰ ਹੋਈ ਹੈ ਜੀ ਹਾਂਜੀ ਇਹ ਵੀ 4-5 ਘੰਟੇ ਉੱਡੀ ਹੈ ਇਹ ਵੀਰ ਨੇ ਇੱਕ ਕਬੂਤਰੀ ਫੜੀ ਆ ਜੀ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਜੀ ਇਹ ਦੇਖੋ ਅੱਖ ਕਬੂਤਰੀ ਦੀ ਜੀ ਬਹੁਤ ਵਧੀਆ ਅੱਖ ਹੈ ਜੀ ਇਸ ਕਬੂਤਰੀ ਦੀ ਇਹ 3:30 ਵਜੇ ਤੱਕ ਉੱਡੀ ਬਾਜੀ ਇਹ ਦੇਖੋ ਜੀ ਬਾਜੀ ਦੇ ਵਿੱਚ 3:30 ਵਜੇ ਤੱਕ ਉੱਡੀ ਹੋਈ ਹੈ ਇਹ ਕਬੂਤਰੀ ਵੀ ਜੀ ਬਹੁਤ ਵਧੀਆ ਪੰਜੇ ਵੀ ਨੇ ਰੁੱਖੇ ਪੰਜਿਆਂ ਦੀ ਕਬੂਤਰੀ ਹੈ ਜੀ ਹਾਂਜੀ ਇਹ ਆਪਾਂ ਕਿ ਮੁੰਡੇ ਨੂੰ ਦਿੱਤੀ ਡਾਉਣ ਲਈ ਠੀਕ ਹੈ ਜੀ ਉਹਦੇ ਘਰ ਉੱਡੀ ਆਪਣੇ ਪਿੰਡ ਦਾ ਠੀਕ ਆ ਠੀਕ ਹੈ ਜੀ ਆਹ ਆਪਣੇ ਉੱਡੀ ਘਰ ਘਰ ਦੀ ਪੱਠੀ ਆਪਣੇ ਇਹ ਦੇਖੋ ਜੀ ਅੱਖ ਦੇ ਵਿੱਚ ਥੋੜ੍ਹੀ ਜਿਹੀ ਟੌਂਕ ਆ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਕਿੰਨੇ ਵਜੇ ਤੱਕ ਉੱਡੀ ਆ ਜੀ ਇਹ ਵੀ ਉੱਡੀ ਆ 3:00 ਤੇ ਕੁਝ ਮਿੰਟਾਂ ਤੇ ਬੈਠੀ 10 ਮਿੰਟ ਤੇ ਜਾਂ 15 ਮਿੰਟ ਤੇ ਠੀਕ ਆ ਠੀਕ ਆ ਜੀ ਭਰ ਗਏ ਸੀ ਉਹ ਬਾਜੀ ਦੇ ਵਿੱਚ ਬੈਠੀ ਠੀਕ ਆ ਜੀ ਪਰ ਵਧੀਆ ਉੱਡੀ ਆ ਵਧੀਆ ਰਿਜ਼ਲਟ ਆਉਂਦਾ ਜੀ ਕਬੂਤਰਾਂ ਦਾ ਉਡਾਣ ਚੰਗੀ ਆ ਕਬੂਤਰਾਂ ਦੀ ਵੀਰਦਿਆਂ ਦੀ ਇਹ ਦੇਖੋ ਜੀ ਇਹ ਪੰਜੇ ਨੇ ਇਸ ਕਬੂਤਰੀ ਦੇ ਜੀ ਆਹ ਪੱਠੀਆਂ ਅਰਕਾ ਤਿਆਰ ਹੋਈਆਂ ਇਹ ਲਓ ਜੀ ਦੇਖੋ ਸੰਧੂਰੀ ਪਲਕ ਦੀ ਪੱਠੀ ਇਹ ਕਾਲੀਆਂ ਅੱਖਾਂ ਦੀਆਂ ਪੱਠੀਆਂ ਵੀਰ ਨੇ ਉੱਧਰ ਕਬੂਤਰ ਵੀ ਨਰ ਵੀ ਇਹਦੇ ਨਾਲ ਦੇ ਦਿਖਾਏ ਨੇ ਅਤੇ ਬਹੁਤ ਹੀ ਵਧੀਆ ਰਿਜ਼ਲਟ ਇਹਨਾਂ ਕਬੂਤਰਾਂ ਦਾ ਜੀ ਆਪਣੇ ਫੇਵਰੇਟ ਨੇ ਜੀ ਇਹ ਸੰਧੂਰੀ ਪਲਕਾਂ ਵਾਲੇ ਮੈਨੂੰ ਬਹੁਤ ਪਸੰਦ ਨੇ ਜੀ ਇਹ ਇਹਦੇ ਪੰਜੇ ਨੇ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਆ ਵੀਰ ਜੀ ਇਹ ਦੇਖੋ ਜੀ ਇੱਕ ਇਹ ਮਾਦੀ ਫੜੀ ਆ ਵੀਰ ਨੇ ਸੰਧੂਰੀ ਪਲਕਾਂ ਦੀ ਦੇਖੋ ਵੀਰੇ ਚੁੰਝ ਦੇ ਨਾਲ ਨਾਲ ਪੂਰੀਆਂ ਪਲਕਾਂ ਜਿਹੜੀਆਂ ਇਹਨਾਂ ਦੀਆਂ ਵੀ ਸੰਧੂਰੀ ਨੇ ਜੀ ਬਹੁਤ ਸੋਹਣੀ ਜੀ ਕਾਫੀ ਜਿਹੜੀ ਬਰੀਡ ਆ ਵੀਰ ਨੇ ਸੰਧੂਰੀ ਪਲਕਾਂ 'ਚ ਹੀ ਤਿਆਰ ਕੀਤੀ ਆ ਜੀ ਇਹ ਪਰ ਨੇ ਜੀ ਕਬੂਤਰੀ ਦੇ ਇਹ ਦੇਖੋ ਜੀ ਇਹ ਪੰਜੇ ਕਬੂਤਰੀ ਦੇ
ये वीर ने एक फड़ी है जी, अजे तक अख मैली अख है जी कबूतरी की, जिवें तुसी देख रहे हो लालगी विच थोड़ी थोड़ी हैगी है। कबूतर बहुत सोहने ने वीर दे, ये देखो जी ये पर को जा रहे ने, अजे तक नवे जिहड़े वीर दे कबूतर ने जो तैयार किए ने जी। वीर जी अपनी कोशिश है तुहाडा टाइम ना खराब करना तो कबूतरां बारे दसना, ये पैरां ते मौज है जी। ये देखो जी एक कच्चियां पीलियां अखां दी कबूतरी जी, ये सारे वीरां नूं पसंद आऊगी, अख ही बहुत चंगी है जी, इहदी प्यारी अख देखो। उड़ार की है वीर जी इहदी, 3 बजे तक उड्डी वीर अर्क है, ये भी 3 बजे तक उड्डी है। बाजी च छड्डी वैसे डाई है, नहीं नहीं घर पट्ठी तैयार होई है, घर पट्ठी तैयार होई है, इस बार बाजी च उड्डेगी जी। ये है नस्लां देखण दा पता लगदा जी, रिजल्ट भी वधिया ने जी इहनां दे। ये एक खटियां अखां दी चीनी है जी, इहदा की रिजल्ट है वीर जी? ये भी इन्ना के फिर गई पट्ठी यार, ये भी 3 बजे तक फिर गई, ये भी इस बार बाजियां चुड़ेगी जी। ये इस कबूतरी दे पंजे ने जी, बाकी ये वीरां दे कबूतरां दा तुसीं शौक कर लो जी एक बार। मैं कहा सारे दे सारे इकट्ठे दिखा दिंदे आ, दो खुड्डे होर ने वड्डे कबूतर भी ने वीर दे नर ते मादियां, वह भी तुहानूं शौक करवाने आ जी। पहलां तुसीं इहनां दा शौक करो मेरे वीर। बहुत ही सोहने सोहने पंछी ने वीर हुणा दे कोल, कुछ उपर फटियां ते बैठे हुए ने जी। वीर दा शौक किदां दा लगना दसना जरूर जी। हुण तुहानूं आपां दूसरे वड्डे कबूतरां दे खुड्डे लैके जा रहे हां, दिखाने कबूतर जी। ये है जी वीर दे वड्डियां कबूतरियां, कबूतरियां वीर जी है, ये देखो जी ये ब्रीडर कबूतरियां जी जो तुसीं देख रहे हो। फिर एक बार दस दी जी सिर्फ तुहाडे शौक लई है जी, सेल नहीं हैगे जी ये कबूतर। ये देखो जी एक मखियाली कबूतरी, मेरे मखियाली कबूतरी कहना विचों है जी। ये वीर जी अपने को मखियाली कबूतरी ओदी धी है, ये धन्ने वाला जो है, ये धन्ने वाले कबूतरां दे विचों है, मखियाले बने ने इन्हां दी। बच्चियां दी उड़ार कहो जी आंदी है जी? वधिया, एक एक बजे तक उड्डी है दी, एक एक बजे तक इहदी पट्ठी उड्डी है जी। इस बार पता लगूगा दोबारा बाजियां दे विच की रिजल्ट आंदा है जी। हां जी, ये वीर दीआं वड्डीआं कबूतरीआं ने जो तुसीं देख रहे हो। ये देखो जी चीनिया कबूतरियां, किन्नी सोहनी लाल चीनी कबूतरी है के बैठी हुई है जी। एक मखियाली उपर बैठी है जी, ये देखो काफी कबूतर ने वीर कोल मखियाले भी, एक ये नीचे बैठी है जी। 3 कबूतरियां इधर ने, एक मैं उधर भी देखी है जी मखियाली, 4-5 मखियालियां कबूतरियां हैगियां ने वीर दे कोल। बाई ने मेहनत की है चंगी जी, तो चंगे कबूतर बनाए ने जी। ਬਾਈ ਹੁਣਾਂ ਦੇ ਉਸਤਾਦ ਲਾਲਾ ਸਿਹੋੜਾ ਜੀ ਉਹਨਾਂ ਕੋਲ ਵੀ ਵਧੀਆ ਕਬੂਤਰ ਨੇ, ਵਧੀਆ ਕਬੂਤਰ ਉਡਾਉਂਦੇ ਨੇ, ਬਾਜ਼ੀਆਂ ਵੀ ਵਧੀਆ ਜਿੱਤਦੇ ਨੇ। ਸੰਤ ਮਾਮੂਪੁਰ ਗਰੁੱਪ ਹੈ ਜੀ। ਇਹ ਦੇਖੋ ਜੀ ਕੁਝ ਉੱਪਰ ਵੀ ਬੈਠੀਆਂ ਹੋਈਆਂ ਨੇ ਜੀ, ਉਹ ਦੇਖੋ ਜੀ ਇੱਕ ਪਿੱਛੇ ਲਾਲ ਚੀਨੀ ਕਿੰਨੀ ਸੋਹਣੀ ਹੈ ਜੀ। ਇਹ ਦੇਖੋ ਜੀ ਵੀਰ ਦਾ ਸ਼ੌਂਕ ਬਹੁਤ ਸੋਹਣਾ ਜੀ, ਆਪਾਂ ਨੂੰ ਕਬੂਤਰ ਵੀਰ ਦੇ ਬਹੁਤ ਹੀ ਪਸੰਦ ਲੱਗੇ ਜੀ। ਤੁਹਾਨੂੰ ਵੀਰ ਦਾ ਸ਼ੌਂਕ ਕਿੱਦਾਂ ਦਾ ਲੱਗਾ ਜ਼ਰੂਰ ਦੱਸਣਾ ਜੀ। ਇਹ ਕਬੂਤਰੀਆਂ ਸੀ ਜੀ, ਹੁਣ ਆਪਾਂ ਤੁਹਾਨੂੰ ਨਰਾਂ ਦਾ ਸ਼ੌਂਕ ਕਰਵਾ ਦਿੰਦੇ ਵੀਰ ਦਿਆਂ ਦਾ ਜੀ। ਇਹ ਇੱਕ ਨਾਲ ਹੀ ਖੁੱਡਾ ਇਹਦੇ ਵਿੱਚ ਨਰ ਨੇ ਜੀ, ਇਸ ਟਾਈਮ ਜੋੜੇ ਵੀਰ ਨੇ ਸਾਰੇ ਦੇ ਸਾਰੇ ਜਿਹੜੇ ਤੋੜੇ ਹੋਏ ਨੇ ਜੀ। ਇਹ ਨੇ ਜੀ ਨਰ ਜੋ ਤੁਸੀਂ ਦੇਖ ਰਹੇ ਹੋ। ਇਹ ਇੱਕ ਜੀ ਜੌਂਸਰਾ ਨਰ ਬੈਠਾ, ਕੀ ਰਿਜ਼ਲਟ ਹੈ ਵੀਰ ਜੀ ਇਹਦਾ? ਵਧੀਆ ਬੱਚੇ ਉੱਡਦੇ ਨੇ, ਬਹੁਤ ਵਧੀਆ ਜੀ। ਪਿੱਛੇ ਇਹਦੇ ਇੱਕ ਬੈਠਾ ਜੀ ਟੌਂਕ ਅੱਖ ਦਾ ਕਬੂਤਰ ਹੈ ਜੀ,
जोड़े लावांगे। ठीक है जी। ये देखो जी वीर कोल शाह आखी ब्रीड बहुत तगड़ी है जी। ये देखो जी पर इस दे कटे हुए ने जी दो दो कलियां ते है जी। ये देखो जी ये देखो जी नीले पंजे रुखे पैर कबूतर आ जी जो संधूरी पलक बच्चे कड़ता पर कबूतर तुम दस दी चिट्टिया पलक आप। ये देखो जी एदियां पलकां चिट्टियां ने कालियां अखां दा कबूतर ते बच्चे जिहड़े हैगे आ संधूरी पलक दे कढ़दा जी। कबूतरी इहदे नाल कहिजी लगी है जी? सेम ही इदां दी कबूतरी आ जी पर जी बच्चे जिहड़े हैगे ने संधूरी पलक दे आ रहे। पिछला ब्लड कहिंदा मतलब तुसीं कह सकदे हो कढ़दा होगा। इहदे पंजे दिखाणा जी। ये देखो जी इह ने कबूतर दे पंजे जी। ठीक है वीर जी बाकी मेरे वीर वीर का शौक कहोजा लगता दसना जरूर जी। तुहानू पंजाब दे हर कोने दे विच जिहड़ा हैगा शौक कराते रहांगे। हुण जी मलवइयां का शौक जिहड़ा हर कोने च पहुँच गया। पहला जिहड़ा सी इस एरिया दे विच ज़्यादा देसी कबूतर ही उड़दे सी ते बाजियां भी लास्ट कबूतर वालियां लगदियां सी पर हुण घंटियां वालियां बाजियां ते मलवई कबूतर जिहड़े हैगे उड़न लग गए ने। आउण वाले टाइम दे विच इस एरिए च भी वधिया शायद दड़े भी उड़नगे जी। इह जिहड़ा शौक हैगा जी असीं अगे लैके जाणा हैगा। इस करके वीरां नूं कहिंदे आ वीर जी कि आपां तुहानूं शौक कराते रहांगे तुहाडे साथ दी लोड़ है जी। वीर दा शौक बहुत वधिया जी। ये एक वीर ने होर कबूतर फड़िया जी लाल चीना कबूतर आ खट्टियां अखां जी इस दीआं। ये जी उस्ताद लाला सहौड़ा जी दे कोलों आया जी कबूतर लाल चीना कबूतर आ। ए देखो जी इस दे पंजे ने जी। ये बच्चों वास्ते लिया जी। हाँ जी बहुत सोहना कबूतर जी। वीर का शौक किदां दा लगा जी दसना जरूर मेरे वीर। नवी वीडियो जिहड़ी हैगी छेती तो छेती तुहाडे वास्ते लैके आवांगे जी। ये देखो जी अके कालियां अखां दा इहदा की रिजल्ट है जी। वधिया बच्चे उड़दे ने वी लाल परवट्टियां दे कढ़दा इह वी जी लाल परवट्टियां दे जिहड़े हैगे आ हरियां अखां दा लाल पलकां दे बच्चे कढ़दा इहदियां अखां हरियां ने जी। थोड़ी जी इधरों लाइट पै रही आ मौसम कुछ खराब है इस करके क्लीयर नहीं हो पा रहा। बहुत अच्छा रिजल्ट जी ये बच्चों का। ये तुसी वीर दे कबूतरां दा शौक कीता जी। नवी वीडियो छेती तो छेती तुहाडे लई लैके आवांगे। तद तक लई धन्नवाद शुक्रिया मेहरबानी जी।